ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਰਿਪੋਰਟ ਤੇ ਹੋਈ ਬਹਿਸ ਦੇ ਤਹਿਤ ਸਭ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਸਮਾਂ ਦਿੱਤਾ ਗਿਆ ਸੀ, ਪਰ ਅਕਾਲੀ ਦਲ ਬਾਦਲ ਵੱਲੋਂ 14 ਮਿੰਟਾਂ ਦਾ ਸਮਾਂ ਮਿਲਣ ਦਾ ਬਹਾਨਾ ਬਣਾ ਕੇ ਬਾਈਕਾਟ ਕਰਨ ਦੀ ਗੱਲ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਨਵੀਂ ਬਣਾਈ ਸਬ ਤਹਿਸੀਲ ਚਨਾਰਥਲ ਕਲਾਂ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦੇ ਹੋਏ ਕੀਤਾ। ਸਾਡੇ ਮੁੱਖ ਮੰਤਰੀ ਸਾਹਿਬ ਪਿਛਲੀ ਵਾਰ ਜੋੜ ਮੇਲੇ 'ਤੇ ਇੱਥੇ ਆਏ ਸੀ, ਇੱਥੇ ਅਨਾਊਂਸਮੈਂਟ ਕਰਕੇ ਗਏ ਸੀ, ਕਿਉਂਕਿ ਇਹ ਲੋਕਾਂ ਦੀ ਬਹੁਤ ਪੁਰਾਣੀ ਖਾਸ ਸੀਗੀ ਇੱਥੇ ਸਬ ਤਹਿਸੀਲ ਬਣਾਉਣ ਦੀ, ਔਰ ਉਦੋਂ ਦਾ ਅਨਾਊਂਸਮੈਂਟ ਤੋਂ ਬਾਅਦ 2 ਮਹੀਨੇ ਪਹਿਲਾਂ 3 ਮਹੀਨਾ ਪਹਿਲਾਂ ਸਾਡੇ ਕੈਬਨਿਟ ਦੇ ਵਿੱਚ ਇਹਨੂੰ ਪਾਸ ਕੀਤਾ ਗਿਆ, ਔਰ ਅੱਜ ਉਹਦਾ ਫੋਰਮਲੀ ਉਦਘਾਟਨ ਕਰਨ ਲਈ ਇੱਥੇ ਆਏ ਹਾਂ। ਹਾਲਾਂਕਿ ਬਿਲਡਿੰਗ ਇਹਦੀ ਤਿਆਰ ਹੋ ਰਹੀ ਹੈ, ਕਿਉਂਕਿ ਕੰਮ ਇਹ ਸ਼ੁਰੂ ਕਰਾਉਣੇ ਸੀ, MLA ਸਾਹਿਬ ਜਲਦੀ ਚਾਹੁੰਦੇ ਸੀ, ਤਾਂ ਉਹਦੇ ਵਾਸਤੇ ਸ਼ੁਰੂ ਕੀਤੀ। ਔਰ ਮੈਂ ਵੀ ਦੱਸਣਾ ਚਾਹੁੰਦਾ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਹੈ, ਜਿਹੜੀ ਨਵੀਂ ਜਿਹੜੀ ਸਬ ਤਹਿਸੀਲ ਆ ਪਹਿਲੀ ਜਿਹੜੀ ਚਲਾ ਦੇਖੋ ਜੀ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਸੀ, ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਬਾਈਕਾਟ ਕਰ ਦੇਣਾ, ਇਹਨਾਂ ਨੇ ਤੁਹਾਨੂੰ ਤਿਆਰ ਹੀ ਨਹੀਂ ਹੋਣਾ, ਕਿਉਂਕਿ ਉਹਨਾਂ ਨੂੰ ਪਤਾ ਅਸਲੀ ਸਾਹਮਣੇ ਆਉਣੀ ਆ, ਸਾਰੇ ਦੂਜੀਆਂ ਪਾਰਟੀਆਂ ਦੇ ਲੋਕਾਂ ਨੇ ਵੀ ਗੱਲ ਕਰਨੀ ਸੀ। ਮੈਂ ਅੱਜ ਅਖਬਾਰ 'ਚ ਪੜ੍ਹਿਆ ਜਿਹੜੀ ਗੱਲ ਉਹਨਾਂ ਕਹੀ 14 ਮਿੰਟ ਦੀ, ਕਿ 14 ਮਿੰਟ ਸਾਨੂੰ ਟਾਈਮ ਕਿਹਾ ਸੀ ਅਸੀਂ ਤਾਂ ਬਾਈਕਾਟ ਕੀਤਾ। ਦੇਖੋ 7.5-8 ਘੰਟੇ ਬਹਿਸ ਚੱਲੀ ਹੈ, ਔਰ ਜਿਹਦੇ 'ਚੋਂ ਜੇ 4 ਘੰਟੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਿਹੜੇ MLA ਜਾਂ ਮਿਨਿਸਟਰ ਬੋਲੇ ਆ, ਅਤੇ 3.5 ਘੰਟੇ ਜਿਹੜੀ ਦੂਜੀ ਪਾਰਟੀ ਆਪ ਵਾਲਿਆਂ ਦੇ ਉਹਨੂੰ ਵੀ ਟਾਈਮ ਦਿੱਤਾ ਗਿਆ, ਅਤੇ ਜੇ ਅੰਦਰ ਬਹਿੰਦੇ ਆਜ਼ਾਦ ਨੂੰ ਵੀ ਦਿੱਤਾ ਗਿਆ, ਆਜ਼ਾਦ ਨੂੰ ਵੀ ਕਿਸੇ ਨੇ ਰੋਕ ਨਹੀਂ ਲਾਈ, ਹਾਲਾਂਕਿ 2 ਮੈਂਬਰ ਸੀ, ਜਿੰਨਾ ਚਿਰ ਉਹ ਬੋਲਣਾ ਚਾਹਿਆ ਉਹਨੇ ਬੋਲਿਆ। ਇਹਨਾਂ ਨੂੰ ਕਿਹਾ ਸੀ, ਦੇਖੋ ਪਹਿਲਾ ਟਾਈਮ ਜਿਹੜਾ ਸੀਗਾ ਉਹ 2 ਘੰਟੇ ਦਾ ਸੀਗਾ, ਜੋ ਫਾਰਮਲ ਛੱਪ ਕੇ ਆਇਆ ਸੀ, ਪਰ ਉਹ ਸਪੀਕਰ ਸਾਹਿਬ ਨੇ ਅਨਾਊਂਸਮੈਂਟ ਕੀਤੀ ਸੀ ਵੀ ਭਾਵੇਂ ਰਾਤ ਦੇ 12 ਵੱਜਣ ਤੁਹਾਨੂੰ ਖੁੱਲ੍ਹਾ ਟਾਈਮ ਦਿੱਤਾ ਜਾਊਗਾ, ਪਰ ਕਿਉਂਕਿ ਪਤਾ ਸੀ ਉਹ ਝੂਠੇ ਸੀ, ਲੋਕਾਂ ਕੋਲ ਸੱਚਾਈ ਆ ਵੇਖ ਹੀ ਲਈ, ਲੋਕਾਂ ਨੇ TV ਸਾਰਾ ਚੱਲਦੇ ਸੀਗੇ ਕੱਲ੍ਹ, ਔਰ ਮੇਰਾ ਖਿਆਲ ਹੈ ਵੀ ਹੁਣ ਕਿਸੇ ਨੂੰ ਕੋਈ ਸ਼ੱਕ ਵਾਲੀ ਗੁੰਜਾਇਸ਼ ਨਹੀਂ ਰਹਿ ਗਈ ਕਿ ਜਿਹੜੇ ਆਪਣੇ ਗੁਰੂ ਨੂੰ ਨਹੀਂ ਬਖਸ਼ਦੇ ਉਹਨਾਂ ਤੋਂ ਕੀ ਆਸ ਕੀਤੀ ਜਾ ਸਕਦੀ। ਨਹੀਂ, ਦੇਖੋ SGPC ਲੌਂਗੋਵਾਲ ਉਹਨਾਂ ਨੂੰ ਅਧੀਨ ਉਹਦੇ ਵਿੱਚ ਪਾਸ ਕੀਤਾ ਆ, ਸਾਰੇ ਕੈਬਨਿਟ ਵੱਲੋਂ ਜਿੰਨੀ ਲੋਕ ਸੀਗੇ ਜਿਹੜੇ ਸਾਡੇ MLA ਸਾਹਿਬਾਨ ਸੀ ਜਾਂ ਓਪੋਜੀਸ਼ਨ ਵਾਲੇ ਸੀ, ਸਾਰਿਆਂ ਦੀ ਸਹਿਮਤੀ ਨਾਲ ਵੀ ਇਹੋ ਜਿਹੀ ਕੋਈ ਗੱਲ ਥੋੜ੍ਹਾ ਕਿ ਤੁਸੀਂ ਇਹ ਉਹਨਾਂ ਦਾ ਕੀ ਕੰਮ ਸੀ ਇਹਦੇ ਵਿੱਚ। ਜਸਟਿਸ ਰਣਜੀਤ ਸਿੰਘ ਦੀ ਇੱਕ ਰਿਪੋਰਟ ਆਈ ਆ, ਰਿਪੋਰਟ 'ਤੇ ਅਸੀਂ ਮਤਲਬ ਅਜੇ ਸਦਨ 'ਚ ਆਈ ਆ, ਉਹ 'ਤੇ ਬਹਿਸ ਹੋਣੀ ਆ, ਉਸ ਤੋਂ ਬਾਅਦ ਉਹਦੀਆਂ ਜੋ ਕੰਮ ਕਰਨੇ, ਜੋ ਉਹਨੇ ਸੁਜੈਸ਼ਨਾਂ ਦਿੱਤੀਆਂ, ਉਹਨੇ ਇਹ ਤਾਂ ਨਹੀਂ ਕਿਹਾ ਵੀ ਫੜ ਕੇ ਅੰਦਰ ਦੇ ਦਿਓ ਹੋਣੀ, ਪਰ ਇਹ ਉਹ ਸੁਣੂ ਨਹੀਂ ਕਰ। ਮੰਤਰੀ ਜੀ, ਕੀ ਅਕਾਲੀ ਦਲ ਨੂੰ ਬਾਦਲ ਸਾਹਿਬ ਉਹਨਾਂ ਨੂੰ ਇਸ ਚੀਜ਼ 'ਤੇ ਸਜ਼ਾ ਦਿੱਤੀ ਗਈ ਹੈ ਕੱਲ੍ਹ, ਜਾਂ ਉਹਨਾਂ ਨੂੰ ਬਰੀ ਕੀਤਾ ਗਿਆ? ਦੇਖੋ ਜ਼ਿਆਦਾ ਟਾਈਮ ਦੱਸੂਗਾ, ਪ੍ਰੋਸੀਕਿਊਸ਼ਨ ਚੱਲਣੀ ਆ, ਹੁਣ ਪਤਾ ਲੱਗੂਗਾ ਉਹਦੇ 'ਚ ਜਿਹੜੀ ਲੋਕਾਂ ਦੀ, ਇਹ ਵੀ ਪੰਜਾਬ ਦੇ ਲੋਕਾਂ ਦੀ ਖਾਸ ਸੀ ਕਿ ਜਿਹੜੀ CBI ਨੂੰ ਜਿਹੜਾ ਕੇਸ ਦੇ ਦਿੱਤਾ ਸੀਗਾ ਵੀ ਉਹ ਇਨਵੈਸਟੀਗੇਸ਼ਨ ਕਰੂਗੀ, ਕਿਉਂਕਿ ਜਸਟਿਸ ਰਣਜੀਤ ਸਿੰਘ ਦੇ ਵਿੱਚ ਉਹਨਾਂ ਕਿਹਾ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਕਸੂਰਵਾਰ ਨੇ ਉਹਨਾਂ ਦੇ ਕੇਸ ਰਜਿਸਟਰ ਕੀਤੇ ਜਾਣ, ਔਰ ਉਹ ਸਾਰੇ ਲੋਕ ਵੀ ਚਾਹੁੰਦੇ ਸੀ, ਔਰ ਸਾਰੇ MLA ਸਾਹਿਬ ਚਾਹੁੰਦੇ, CM ਸਾਹਿਬ ਨੇ ਉਹ ਸਾਰਾ ਮਤਾ ਪਾਤਾ ਉੱਥੇ, ਅਤੇ ਉਹ ਵਾਪਸ ਲੈ ਕੇ ਹੁਣ ਸਿਹਤ ਬਣੂਗੀ ਉਹਦੀ, ਉਹਦੇ 'ਚ ਜੋ ਸੀਟਿੰਗ ਜਿਹੜਾ ਵੀ ਕਸੂਰਵਾਰ ਉਹ ਬਖਸ਼ਿਆ ਜਾਵੇ।